ਹੈਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਅਸੀਂ ਭਾਅ ਜੀ ਦੇ ਮਾਈਕਰੋ ਰੂਟੀਨ ਕੀਤੀ ਆ, ਤਾਂ ਹਜੇ ਵਰਕ ਕਾਫੀ ਰਹਿੰਦਾ ਆ। ਆਹ ਨੀਚੇ ਨੂੰ ਆਪਾਂ ਸ਼ੇਡਿੰਗ ਦੇ ਵਿੱਚ ਇੱਥੇ ਹੇਡ ਦੇਣੇ ਸਾਰੇ, ਆਪਾਂ ਰੋਟਰ ਵਰਕ ਰਹਿੰਦਾ ਇੱਧਰ ਸਾਰੇ, ਅਤੇ ਹਜੇ ਹਲਕਾ ਹਲਕਾ ਉੱਪਰ ਹੋਇਆ, ਫਸਟ ਸੈਟਿੰਗ ਹੋਈ ਆ। ਹਜੇ ਸੈਟਿੰਗ ਸੈਟਿੰਗ 'ਚ ਆਪਾਂ ਆਹ ਨੀਚੇ ਪੋਰਸ਼ਨ ਅਤੇ ਆਹ ਪੋਰਸ਼ਨ 'ਚ ਆਪਾਂ ਸ਼ੇਡਿੰਗ ਟਾਈਪ ਆਪਾਂ ਡੋਟ ਦੇਵਾਂਗੇ, ਤਾਂ ਉੱਪਰ ਉੱਪਰ ਕਾਫੀ ਹੋ ਗਿਆ। ਤੁਹਾਨੂੰ ਦੂਜੀ ਫੋਟੋ 'ਚ ਤੁਹਾਨੂੰ ਪ੍ਰੋਪਰ ਪਤਾ ਲੱਗੂਗਾ। ਪਹਿਲਾਂ ਭਾਈ ਤਾਂ ਪੂਰੀ ਵਾਈਟ 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 ਡਿਜ਼ੀਜ਼ ਸਕੈਨ ਪੂਰੀ ਇੱਥੋਂ, ਹੁਣ ਸਕੈਨ ਸਕੈਨ ਦੀ ਜਗ੍ਹਾ ਆਪਾਂ ਨੂੰ ਹੇਅਰ ਦਿਖ ਰਿਹਾ। ਤਾਂ ਆਹ ਦੇਖੋ, ਮੈਂ ਦੂਸਰੀ ਫੋਟੋ ਨਾਲ ਜੋੜੂੰਗਾ, ਦੇ ਵਿੱਚ ਦੇਖ ਸਕਦੇ ਤੁਸੀਂ ਫਰਕ ਕਾਫੀ ਦੇਖ ਸਕਦੇ ਆ। ਹਾਂਜੀ ਭਾਅ ਜੀ, ਕਿਸ ਤਰ੍ਹਾਂ ਦਾ ਲੱਗਾ? ਅੱਛਾ, ਪਹਿਲਾਂ ਕਿੱਦਾਂ ਸੀਗਾ ਤੁਹਾਡੇ? ਅੱਛਾ 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 ਅੱਛਾ, ਠੀਕ ਹੈ ਠੀਕ ਠੀਕ ਹੈ। ਥੈਂਕ ਯੂ ਸਰ ਭਾਜੀ, ਥੈਂਕ ਯੂ ਭਾਅ ਜੀ। ਹਜੇ ਸੈਟਿੰਗ ਸੈਟਿੰਗ ਦੇ ਵਿੱਚ ਆਪਾਂ ਪ੍ਰੋਪਰ ਤੁਹਾਨੂੰ ਦਿਖਾਵਾਂਗੇ ਆਪਣਾ, ਅਤੇ ਇਹ ਹਜੇ ਫਸਟ ਸੈਟਿੰਗ ਹੋ ਗਈ ਹੈ, ਸੈਟਿੰਗ ਸੈਟਿੰਗ ਦੇ ਵਿੱਚ ਪ੍ਰੋਪਰ ਹੋਊਗਾ। ਓਕੇ ਭਾਅ ਜੀ, ਬਹੁਤ ਬਹੁਤ ਥੈਂਕ ਯੂ ਤੁਹਾਡਾ।